ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਧੀਰ ਐਜੂਕੇਸ਼ਨ ਤੇ ਜਿਹੜੇ ਸਟੂਡੈਂਟ ਸਾਡੇ ਚੈਨਲ ਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਜੇਕਰ ਤੁਸੀਂ ਸਾਡਾ ਟੈਲੀਗ੍ਰam ਜਾਂ ਇੰਸਟਾਗ੍ਰam ਜੁਆਇਨ ਕਰਨਾ ਚਾਹੁੰਦੇ ਹੋ ਤਾਂ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਹਾਂਜੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੋ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਪੇਪਰ ਹੈ ਕਈ ਸਟੂਡੈਂਟਸ ਦੇ ਸਾਨੂੰ ਮੈਸੇਜ ਆ ਰਹੇ ਸੀ ਕਿ ਜਿਹੜਾ ਪੇਪਰ ਆ ਇਹ ਆਫਲਾਈਨ ਹੋਵੇਗਾ ਜਾਂ ਆਨਲਾਈਨ ਹੋਵੇਗਾ ਜਾਂ ਇਸ ਦੇ ਜਿਹੜੇ ਫਾਰਮ ਨੇ ਉਹ ਦੁਬਾਰੋਂ ਰੀ ਐਡਵਰਟਾਈਜ਼ਮੈਂਟ ਉਸ ਦੀ ਕੀਤੀ ਜਾਊਗੀ ਦੁਬਾਰੋਂ ਫਾਰਮ ਨਿਕਲਣਗੇ ਠੀਕ ਹੈ ਜੀ ਇਸ ਦੇ ਬਾਰੇ ਵਿੱਚ ਆਪਾਂ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਸ ਦਾ ਪੇਪਰ ਆ ਜੋ ਜਲਦੀ ਉਹ 10-15 ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਨੋਟੀਫਿਕੇਸ਼ਨ ਇਹਨਾਂ ਦਾ ਆ ਜਾਊਗਾ ਕੀ ਪੇਪਰ ਤੁਹਾਡਾ ਥੋੜਾ ਦੁਬਾਰੋ ਰੀਕੰਡਕਟ ਕੀਤਾ ਜਾਊਗਾ 10-15 ਦਿਨ ਦੇ ਵਿੱਚ ਵਿੱਚ ਤੁਹਾਡੇ ਕੋਲ ਨੋਟਿਸ ਆ ਜਾਊਗਾ ਤੇ ਜਿਹੜੇ ਬੱਚਿਆਂ ਦੇ ਮਾਰਕਸ ਵਧੀਆ ਸੀ ਉਹ ਤਾਂ ਉਹਨਾਂ ਦੀ ਤਿਆਰੀ ਤਾਂ ਪਹਿਲਾਂ ਤੋਂ ਹੀ ਬਹੁਤ ਹੀ ਵਧੀਆ ਹੋਵੇਗੀ ਤੇ ਜਿਨ੍ਹਾਂ ਦੇ ਮਾਰਕਸ 400 ਜਾਂ 450 ਪਲੱਸ ਸੀ ਉਹ ਆਪਣੀ ਤਿਆਰੀ ਹੁਣ ਵਧੀਆ ਤਰੀਕੇ ਨਾਲ ਹੋਰ ਕਰ ਲਓ ਉਹਨਾਂ ਨੂੰ ਇੱਕ ਮੌਕਾ ਹੋਰ ਮਿਲ ਗਿਆ ਠੀਕ ਹੈ ਜੀ ਉਹ ਆਪਣੀ ਤਿਆਰੀ ਖਿੱਚ ਲਓ ਹੁਣ ਕਿਉਂਕਿ ਤੁਹਾਨੂੰ ਜ਼ਿਆਦਾ ਟਾਈਮ ਹੁਣ ਨਹੀਂ ਦਿੱਤਾ ਜਾਊਗਾ ਜਲਦੀ ਉਹ ਜੋ ਇਸ ਦਾ ਐਗਜ਼ਾਮ ਹੈ ਉਹ ਦੀ ਕੰਡਕਟ ਕਰ ਦਿੱਤਾ ਜਾਊਗਾ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਪੇਪਰ ਹੈ ਉਹ ਆਨਲਾਈਨ ਹੋਵੇਗਾ ਇਸ ਦਾ ਜਾਂ ਆਫਲਾਈਨ ਹੋਵੇਗਾ ਦੇਖੋ ਜੀ ਸਭ ਤੋਂ ਜ਼ਿਆਦਾ ਤਾਂ ਚਾਂਸ ਨੇ ਕਿ ਹੁਣ ਇਸ ਦਾ ਪੇਪਰ ਹੈ ਜਿਹੜਾ ਆਫਲਾਈਨ ਹੀ ਕੰਡਕਟ ਕੀਤਾ ਜਾਵੇ ਕਿਉਂਕਿ ਪਹਿਲਾਂ ਪੇਪਰ ਸੀ ਜੋ ਆਨਲਾਈਨ ਕੀਤਾ ਗਿਆ ਸੀ ਇਸ ਵਾਰੀ ਜਿਵੇਂ ਤੁਹਾਨੂੰ ਨੇ ਦੇਖਿਆ ਹੋਵੇਗਾ ਕਿ ਪੰਜਾਬ ਪੁਲਿਸ ਕਨਸਟੇਬਲ ਦਾ ਜੋ ਪੇਪਰ ਹੈ ਉਹ ਆਫਲਾਈਨ ਕੰਡਕਟ ਕੀਤਾ ਗਿਆ ਸੀ 2 ਦਿਨ ਦੇ ਵਿੱਚ ਵਿੱਚ ਹੀ ਉਹ ਜਿਹੜਾ ਪੇਪਰ ਹੈ ਉਹ ਕੰਡਕਟ ਕਰ ਦਿੱਤਾ ਗਿਆ ਸੀ ਲਗਭਗ 4 ਸ਼ਿਫਟਾਂ ਦੇ ਵਿੱਚ ਜਿਹੜਾ ਪੇਪਰ ਸੀ ਉਹ ਖਤਮ ਹੋ ਗਿਆ ਸੀ ਐਵੇਂ ਹੁਣ ਸਬ ਇਨਸਪੈਕਟਰ ਦਾ ਪੇਪਰ ਵੀ ਆਫਲਾਈਨ ਕੰਡਕਟ ਕੀਤਾ ਜਾ ਸਕਦਾ ਹੈ ਕਿ ਕਿ ਪਿਛਲੀ ਵਾਰੀ ਜੋ ਇਹਨਾਂ ਨੇ ਹੁਣ ਪੇਪਰ ਲਿਆ ਸੀ ਉਹ ਆਨਲਾਈਨ ਹੀ ਪੇਪਰ ਲਿਆ ਸੀ ਤੁਹਾਨੂੰ ਪਤਾ ਹੀ ਹੋਵੇਗਾ ਕਿ ਉਸ ਦੇ ਵਿੱਚ ਜੋ ਚੀਟਿੰਗ ਜਾਂ ਹੈਕਿੰਗ ਮਾਮਲਾ ਸਾਹਮਣੇ ਆਇਆ ਸੀ ਕਿ ਕੰਪਿਊਟਰ ਨੂੰ ਹੈਕ ਕਰਵਾ ਕੇ ਜੋ ਘਪਲਾ ਕੀਤਾ ਗਿਆ ਏ ਠੀਕ ਹੈ ਜੀ ਜੇ ਦੁਬਾਰੋਂ ਇਹ ਰੀਕੰਡਕਟ ਕੀਤਾ ਜਾਂਦਾ ਆਨਲਾਈਨ ਤਾਂ ਚਾਂਸਸ ਹੋ ਸਕਦੇ ਨੇ ਦੁਬਾਰੋਂ ਵੀ ਘਪਲਾ ਹੋ ਸਕਦਾ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਘਪਲਾ ਕਰਨ ਵਾਲਿਆਂ ਨੇ ਜੇ ਘਪਲਾ ਕਰਨਾ ਉਹ ਘਪਲਾ ਕਰ ਹੀ ਦਿੰਦੇ ਨੇ ਤਾਂ ਕਰਕੇ ਇਸ ਦਾ ਜਿਹੜਾ ਪੇਪਰ ਹੈ ਪੰਜਾਬ ਸਰਕਾਰ ਦੁਆਰਾ ਸ਼ਾਇਦ ਆਫਲਾਈਨ ਹੀ ਕੰਡਕਟ ਕਰ ਦਿੱਤਾ ਜਾਵੇ ਪਰ ਅਜੇ ਇਸ ਦੇ ਬਾਰੇ ਕੁਝ ਪਤਾ ਨਹੀਂ ਕਿ ਆਫਲਾਈਨ ਹੋਵੇਗਾ ਜਾਂ ਆਨਲਾਈਨ ਹੋਵੇਗਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਇਸ ਦੇ ਫਾਰਮ ਨੇ ਉਹ ਦੁਬਾਰੋ ਭਰੇ ਜਾਣਗੇ ਜਾਂ ਨਹੀਂ ਜਿਆਦਾ ਤੋਂ ਜਿਆਦਾ ਚਾਂਸ ਨੇ ਕਿ ਜਿਹੜੇ ਇਸ ਦੇ ਫਾਰਮ ਨਹੀਂ ਉਹ ਦੁਬਾਰੋਂ ਨਹੀਂ ਭਰੇ ਜਾਣਗੇ ਤੇ ਜਿਨ੍ਹਾਂ ਬੱਚਿਆਂ ਨੇ ਪਹਿਲੇ ਫਾਰਮ ਭਰੇ ਹੋਏ ਨਹੀਂ ਉਹਨਾਂ ਦਾ ਪੇਪਰ ਹੀ ਜਿਹੜਾ ਰੀਕੰਡਕਟ ਕਰ ਦਿੱਤਾ ਜਾਊਗਾ ਜੇ 22 ਚਾਂਸਸ ਦੇ ਫਾਰਮ ਦੁਬਾਰੋਂ ਵੀ ਭਰੇ ਜਾਂਦੇ ਨੇ ਤਾਂ ਕੁਝ ਬੱਚਿਆਂ ਨੂੰ ਹੋਰ ਮੌਕਾ ਮਿਲ ਜੂਗਾ ਇਸ ਦੇ ਵਿੱਚ ਪੇਪਰ ਦੇਣ ਲਈ ਕਿਉਂਕਿ ਕਈ ਬੱਚਿਆਂ ਨੇ ਪੇਪਰ ਨਹੀਂ ਵੀ ਭਰਿਆ ਹੋਊਗਾ ਜਾਂ ਕਿਸੇ ਕਾਰਨ ਕਰਕੇ ਉਹਨਾਂ ਦਾ ਭਰਨ ਤੋਂ ਰਹਿ ਗਿਆ ਹੋਊਗਾ ਉਹਨਾਂ ਨੂੰ ਵੀ ਦੁਬਾਰੋਂ ਮੌਕਾ ਮਿਲ ਸਕਦਾ ਹੈ ਕਿ ਪੇਪਰ ਦੁਬਾਰੋਂ ਫਿਲ ਕੀਤਾ ਜਾਵੇ ਤੇ ਜਿਹੜੇ ਬੱਚਿਆਂ ਨੇ ਫੀਸ ਭਰੀ ਹੋਈ ਆ ਉਹਨਾਂ ਨੂੰ ਫੀਸ ਭਰਨ ਦੀ ਕੋਈ ਲੋੜ ਨਹੀਂ ਉਹਨਾਂ ਦਾ ਪੇਪਰ ਐਵੇਂ ਦੁਬਾਰੋ ਰੀਕੰਡਕਟ ਕਰ ਦਿੱਤਾ ਜਾਊਗਾ ਤੇ ਜਿਹੜੇ ਨਿਊ ਬੱਚੇ ਹੋਣਗੇ ਉਹਨਾਂ ਤੋਂ ਫੀਸ ਪ੍ਰਵਾਲੀਤੀ ਜਾਊਗੀ ਜੇਕਰ ਪੇਪਰ ਦੇ ਫਾਰਮ ਦੁਬਾਰੋਂ ਨਿਕਲਦੇ ਹਨ ਨਹੀਂ ਜ਼ਿਆਦਾ ਹੀ ਜ਼ਿਆਦਾ ਚਾਂਸ ਇਹ ਨੇ ਕਿ ਫਾਰਮ ਜਿਹੜੇ ਨੇ ਉਹ ਦੁਬਾਰਾ ਨਹੀਂ ਨਿਕਾਲੇ ਜਾਣਗੇ ਪੁਰਾਣੇ ਫਾਰਮਾਂ ਦੇ ਹੀ ਜਿਹੜਾ ਪੇਪਰ ਐਗਜ਼ਾਮ ਹੋ ਰੀਕੰਡਕਟ ਕਰ ਦਿੱਤਾ ਜਾਊਗਾ ਤੇ ਹੁਣ ਗੱਲ ਆਉਂਦੀ ਹੈ ਸਿਲੇਬਸ ਦੀ ਸਿਲੇਬਸ ਜਿਹੜਾ ਤੁਹਾਡਾ ਉਹ ਸੇਮੇ ਰਹੂਗਾ ਜਿਹੜਾ ਸਿਲੇਬਸ ਪਹਿਲਾਂ ਤੁਹਾਡਾ ਆਨਲਾਈਨ ਪੇਪਰ ਦੇ ਵਿੱਚ ਹੋਇਆ ਸੀ ਉਹੀ ਸੇਮ ਸਿਲੇਬਸ ਤੁਹਾਡਾ ਇਸ ਪੇਪਰ ਦੇ ਵਿੱਚ ਹੋਊਗਾ ਚਾਹੇ ਪੇਪਰ ਤੁਹਾਡਾ ਆਨਲਾਈਨ ਕੰਡਕਟ ਕੀਤਾ ਜਾਵੇ ਚਾਹੇ ਆਫਲਾਈਨ ਕੰਡਕਟ ਕੀਤਾ ਜਾਵੇ ਤੇ ਜਿਹੜੇ ਬੱਚਿਆਂ ਦੇ 400 ਨੰਬਰ ਨੇ ਜਾਂ 450 ਨੰਬਰ ਨੇ ਉਹ ਆਪਣਾ ਜਿਹੜੇ ਟੌਪਿਕ ਚੋਂ ਵੀਕ ਨੇ ਉਹ ਟੌਪਿਕ ਨੂੰ ਦੁਬਾਰੋ ਇੱਕ ਵਾਰੀ ਵਧੀਆ ਤਰੀਕੇ ਨਾਲ ਕਰ ਲੈਣ ਕਿਉਂਕਿ ਉਹਨਾਂ ਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਉਹਨਾਂ ਦੇ ਮਾਰਕਸ ਨੇ ਜਿਹੜੇ ਕਿੱਥੇ ਕਟੇ ਨੇ ਤੇ ਜਿਹੜੇ 550 600 ਨੰਬਰ ਵਾਲੇ ਸਟੂਡੈਂਟਸ ਨੇ ਉਹਨਾਂ ਦੀ ਤਿਆਰੀ ਪਹਿਲਾਂ ਹੀ ਬਹੁਤ ਵਧੀਆ ਹੋਵੇਗੀ ਉਹ ਇੱਕ ਵਾਰੀ ਆਪਣਾ ਜਿਹੜਾ ਸਿਲੇਬਸ ਆ ਦੁਬਾਰੋਂ ਰਿਵਾਈਜ਼ ਕਰ ਲੈਣ ਉਹਨਾਂ ਦੇ ਚਾਂਸ ਨੇ ਕਿ ਹੋਰ ਅੱਗੇ ਉਹ ਵਧੀਆ ਅਗਲੇ ਪੇਪਰ ਦੇ ਵਿੱਚ ਹੋਰ 5 7 10 ਨੰਬਰ ਵੱਧ ਲੈ ਸਕਦੇ ਹਨ ਤੇ ਜਿਨ੍ਹਾਂ ਦੇ ਘੱਟ ਨੰਬਰ ਨੇ ਉਹਨਾਂ ਨੂੰ ਇੱਕ ਮੌਕਾ ਹੋਰ ਮਿਲਿਆ ਏ ਇਹ ਮੌਕਾ ਬਹੁਤ ਹੀ ਤੁਹਾਡੇ ਲਈ ਹੁਣ ਇੰਪੋਰਟੈਂਟ ਰਹੇਗਾ ਕਿਉਂਕਿ ਇਸ ਤੋਂ ਬਾਅਦ 3 4 ਸਾਲ ਬਾਅਦ ਜੋ ਪੋਸਟਾਂ ਨੇ ਉਹ ਨਿਕਲਣਗੀਆਂ ਵੋਟਾਂ ਦੇ ਲਗਭਗ 1 ਸਾਲ ਪਹਿਲਾਂ ਹੀ ਜਿਹੜੀਆਂ ਵੋਟਾਂ ਤੋਂ ਪਹਿਲਾਂ ਇਹ ਪੋਸਟਾਂ ਨਿਕਾਲੀਆਂ ਜਾਂਦੀਆਂ ਨੇ 3-4 ਸਾਲ ਬਾਅਦ ਇਹ ਜਿਹੜੀਆਂ ਪੰਜਾਬ ਪੁਲਿਸ ਦੀਆਂ ਪੋਸਟਾਂ ਨੇ ਨਿਕਾਲੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਜੋ ਪੋਸਟਾਂ ਨਿਕਾਲੀਆਂ ਜਾਣਗੀਆਂ ਉਹ 3-4 ਸਾਲ ਬਾਅਦ ਨਿਕਾਲੀਆਂ ਜਾਣਗੀਆਂ ਤਾਂ ਇਹ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਓਪਰਚ्युनिटी ਹੈ ਇਸ ਨੂੰ ਮਿਸ ਨਾ ਕਰਿਓ ਸਾਰੇ ਜਾਣੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰਿਓ ਚਾਹੇ ਪੇਪਰ ਆਨਲਾਈਨ ਹੋਵੇ ਜਾਂ ਆਫਲਾਈਨ ਹੋਵੇ ਕਿਉਂਕਿ ਹੁਣ ਜਿਹੜੀ ਕੋਈ ਵੀ ਜਾਂ TCS ਜਾਂ ਕੋਈ ਵੀ ਕੰਪਨੀ ਹੁਣ ਪੇਪਰ ਨੂੰ ਕੰਡਕਟ ਕਰਾਵੇਗੀ ਉਹ ਇੱਕ ਵਧੀਆ ਤਰੀਕੇ ਨਾਲ ਹੀ ਕਰਾਵੇਗੀ ਕਿਉਂਕਿ ਉਹਦੇ ਉੱਪਰ ਵੀ ਕੰਪਨੀ ਦੇ ਉੱਪਰ ਵੀ ਪ੍ਰੈਸ਼ਰ ਹੋਵੇਗਾ ਕਿਉਂਕਿ ਜਿਹੜਾ ਪਹਿਲਾ ਪੇਪਰ ਹੈ ਉਹ ਥੋੜਾ ਰੱਦ ਕਰ ਦਿੱਤਾ ਗਿਆ ਏ ਇਸ ਕਰਕੇ ਤੁਸੀਂ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰੋ ਤੇ ਬਾਕੀ ਤੁਹਾਡਾ ਡਾਊਟ ਹੈ ਜਿਹੜਾ ਕਲੀਅਰ ਹੋਇਆ ਗਿਆ ਹੋਵੇਗਾ ਕਿ ਅਜੇ ਕੁਝ ਕਲੀਅਰ ਨਹੀਂ ਪੱਕਾ ਜਿਆਦਾ ਚਾਂਸ ਨੇ ਆਫਲਾਈਨ ਐਗਜ਼ਾਮ ਕੰਡਕਟ ਕਰਾਉਣ ਦੇ ਪਰ ਜੇ ਆਨਲਾਈਨ ਵੀ ਹੁੰਦਾ ਤਾਂ ਕੋਈ ਚਾਂਸ ਨਹੀਂ ਹੈਗਾ ਠੀਕ ਹੈ ਜੀ ਕੋਈ ਦਿੱਕਤ ਨਹੀਂ ਤੁਹਾਨੂੰ ਹੋਣੀ ਚਾਹੀਦੀ ਤੁਸੀਂ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰਕੇ ਰੱਖੋ ਬਾਕੀ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਪੇਪਰਾਂ ਦੇ ਲਈ ਜੋ ਵੀ ਤੁਹਾਡੇ ਅੱਗੇ ਪੇਪਰ ਨੇ ਉਹਨਾਂ ਲਈ ਤੁਹਾਨੂੰ ਬੈਸਟ ਆਫ ਲੱਕ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜੇਕਰ ਤੁਹਾਨੂੰ ਕੁਝ ਪੁੱਛਣਾ ਹੋਵੇ ਤੁਹਾਡਾ ਕੋਈ ਡਾਊਟ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਨਵਾਲਜੀ ਸ਼ੁਕਰੀਆ